ICC T20 ਵਰਲਡ ਕੱਪ 2022 ਦਾ ਜਿਹੜਾ ਮੈਚ ਸੀ ਅਫਗਾਨਿਸਤਾਨੀ ਟੀਮ ਦੇ ਦਰਮਿਆਨ ਸ਼੍ਰੀਲੰਕਾ ਦੀ ਟੀਮ ਦੇ ਦਰਮਿਆਨ ਮੈਚ ਸੀਗਾ। ਅਫਗਾਨਿਸਤਾਨੀ ਟੀਮ ਨੇ ਤਾਜ ਅਤੇ ਬੈਟਿੰਗ ਕਰਨ ਦਾ ਫੈਸਲਾ ਦਿੱਤਾ। ਅਫਗਾਨਿਸਤਾਨ ਦੀ ਟੀਮ ਨੇ 20 ਓਵਰਾਂ ਦੇ ਵਿੱਚ 144 ਰਨ ਬਣਾਏ। ਅਫਗਾਨਿਸਤਾਨੀ ਟੀਮ ਦੀ ਤਰਫੋਂ ਜਿਹੜੇ ਆਊਟ ਹੋਏ ਉਹ 8 ਆਊਟ ਹੋਏ। 7 ਨੰਬਰ 'ਤੇ ਸ਼੍ਰੀਲੰਕਾ ਦੀ ਟੀਮ ਨੇ ਬੈਟਿੰਗ ਕਰਦੇ 18 ਓਵਰਾਂ ਦੇ ਵਿੱਚ 147 ਰਨ ਬਣਾਏ। ਸ਼੍ਰੀਲੰਕਾ ਦੀ ਟੀਮ ਦੀ ਤਰਫੋਂ ਜਿਹੜੇ ਆਊਟ ਹੋਏ ਉਹ 4 ਆਊਟ ਹੋਏ। ਸ਼੍ਰੀਲੰਕਾ ਦੀ ਟੀਮ ਨੇ ਅਫਗਾਨਿਸਤਾਨ ਦੀ ਟੀਮ ਤੋਂ 6 ਵਿਕਟਾਂ ਨਾਲ ਮੈਚ ਜਿੱਤ ਲਿਆ। ਸ਼੍ਰੀਲੰਕਾ ਦੀ ਟੀਮ ਦੀ ਤਰਫੋਂ ਜਿਹੜਾ ਪਲੇਅਰ ਆਫ ਦੀ ਮੈਚ ਮਿਲਿਆ ਬਰਨੈਂਡੋ ਹਰਸਰੰਡਾ ਨੂੰ ਮਿਲਿਆ। ਬਰਨੈਂਡੋ ਹਰਸਰੰਡਾ ਨੇ 4 ਓਵਰ 'ਤੇ 13 ਰਨ ਦਿੱਤਾ, 3 ਵਿਕਟਾਂ ਲਈਆਂ। ਅਫਗਾਨਿਸਤਾਨ ਦੀ ਟੀਮ ਦੀ ਤਰਫੋਂ ਰਹਿਮਾਨੁੱਲਾ ਦਰੂਬਾਜ ਨੇ 24 ਬਾਲਾਂ 28 ਰਨ ਬਣਾਏ। ਰਹਿਮਾਨੁੱਲਾ ਦਰੂਬਾਜ ਨੇ 24 ਬਾਲਾਂ 28 ਰਨ ਬਣਾਏ। ਅਫਗਾਨਿਸਤਾਨ ਦੀ ਟੀਮ ਦੀ ਤਰਫੋਂ ਉਸਮਾਨ ਦਨੀ ਨੇ 27 ਬਾਲਾਂ ਦੇ 27 ਰਨ ਬਣਾਏ। ਇਬਰਾਹੀਮ ਜ਼ਦਰਾਨ ਨੇ 18 ਬਾਲਾਂ ਦੇ 22 ਰਨ ਬਣਾਏ। 7 ਨੰਬਰ 'ਤੇ ਸ਼੍ਰੀਲੰਕਾ ਟੀਮ ਨੇ ਬੈਟਿੰਗ ਕਰਦੇ ਸ਼੍ਰੀਲੰਕਾ ਟੀਮ ਦੀ ਤਰਫੋਂ ਦਨਾਜੀਆ ਦੀ ਸ਼ਲਫਾ ਨੇ 42 ਬਾਲਾਂ ਦੇ 66 ਰਨ ਬਣਾਏ। ਕੁਸ਼ਲ ਮੈਂਡਸ ਨੇ 27 ਬਾਲਾਂ ਦੇ 25 ਰਨ ਬਣਾਏ। ਚਾਰੀਦਾ ਸਲੰਦਾ ਨੇ 18 ਬਾਲਾਂ ਦੇ 19 ਰਨ ਬਣਾਏ। ਅਫਗਾਨਿਸਤਾਨ ਦੀ ਟੀਮ ਦੀ ਤਰਫੋਂ ਜਿਹੜੇ ਓਪਨਰ ਆਏ ਰਹਿਮਾਨੁੱਲਾ ਦਰੂਬਾਜ, ਉਸਮਾਨ ਦਨੀ ਓਪਨਰ ਆਏ। ਰਹਿਮਾਨੁੱਲਾ ਦਰੂਬਾਜ ਨੇ 24 ਬਾਲਾਂ 28 ਰਨ ਬਣਾਏ, 2 ਚੌਥੇ ਲਾਏ, 2 ਛੱਤੇ ਲਾਏ। ਉਸਮਾਨ ਦਨੀ ਨੇ 27 ਬਾਲਾਂ ਦੇ 27 ਰਨ ਬਣਾਏ, 2 ਚੌਥੇ ਲਾਏ ਅਤੇ ਛੱਤਾ ਲਾਇਆ। ਇਬਰਾਹੀਮ ਜ਼ਦਰਾਨ ਨੇ 18 ਬਾਲਾਂ ਦੇ 22 ਰਨ ਬਣਾਏ ਅਤੇ ਚੋਰਾ ਲਾਇਆ ਅਤੇ ਛੱਤਾ ਲਾਇਆ। ਨਜੀਬੁੱਲਾ ਜ਼ਦਰਾਨ ਨੇ 16 ਬਾਲਾਂ ਦੇ 18 ਰਨ ਬਣਾਏ ਅਤੇ ਚੋਰਾ ਲਾਇਆ, 9 ਸਿਕਸ। ਦਲਬਾਦੀਨ ਨੇ 14 ਬਾਲਾਂ ਦੇ 12 ਰਨ ਬਣਾਇਆ, 9 ਫੋਰ, 9 ਸਿਕਸ। ਮੁਹੰਮਦ ਨਬੀ ਨੇ 18 ਬਾਲਾਂ 13 ਰਨ ਬਣਾਇਆ ਅਤੇ ਚੋਰਾ ਲਾਇਆ, 9 ਸਿਕਸ। ਰਾਸ਼ਦ ਖਾਨ ਨੇ 18 ਬਾਲਾਂ 9 ਰਨ ਬਣਾਇਆ ਅਤੇ ਚੋਰਾ ਲਾਇਆ, 9 ਛੱਤਾ ਲਾਇਆ। ਅਜ਼ਮਤੁੱਲਾ ਉਮੈਰ ਜ਼ਾਈ ਨੇ 14 ਬਾਲਾਂ 3 ਰਨ ਬਣਾਇਆ, 9 ਨਾ ਛੱਤਾ ਲਾਇਆ ਨਾ ਕੋਈ ਛੋਟਾ ਲਾਇਆ। ਮੁਜੀਬੁਰ ਰਹਿਮਾਨ ਨੇ 2 ਬਾਲਾਂ ਦੇ 1 ਰਨ ਬਣਾਇਆ, 9 ਸਿਕਸ, 9 ਫੋਰ। ਸ਼੍ਰੀਲੰਕਾ ਦੀ ਟੀਮ ਨੇ ਜਿਹੜਾ ਅਫਗਾਨਿਸਤਾਨ ਦੀ ਟੀਮ ਨੂੰ ਐਸ ਦਾ ਸਟੋਰ ਦਿੱਤਾ, ਉਹ 11 ਸਟੋਰ ਦਿੱਤਾ ਐਸ ਦਾ। ਸ਼੍ਰੀਲੰਕਾ ਦੀ ਟੀਮ ਨੇ ਅਫਗਾਨਿਸਤਾਨ ਦੀ ਟੀਮ ਨੂੰ ਅਫਗਾਨਿਸਤਾਨ ਦੀ ਟੀਮ ਨੇ 20 ਓਵਰਾਂ ਦੇ ਵਿੱਚ 146 ਰਨ ਬਣਾਏ। ਅਫਗਾਨਿਸਤਾਨ ਦੀ ਟੀਮ ਦੀ ਪਹਿਲੀ ਵਿਕਟ 45 ਦੇ, ਦੂਸਰੀ ਵਿਕਟ 68 ਦੇ, ਤੀਸਰੀ ਵਿਕਟ 90 ਦੇ, ਚੌਥੀ ਵਿਕਟ 113 ਦੇ, ਪੰਜਵੀਂ ਵਿਕਟ 127 ਦੇ, ਛੇਵੀਂ ਵਿਕਟ 140 ਦੇ, ਸੱਤਵੀਂ ਵਿਕਟ 145 ਦੇ, ਅੱਠਵੀਂ ਵਿਕਟ 144 ਦੇ। ਸ਼੍ਰੀਲੰਕਾ ਦੀ ਟੀਮ ਦੀ ਤਰਫੋਂ ਜਿਹਨਾਂ ਨੇ ਬੋਲਿੰਗ ਕਰਵਾਈ ਆ ਦੇਖਦੇ, ਉਹਨਾਂ ਨੂੰ 3 ਓਵਰ ਕਰਾਏ, 3 ਰਨ ਦਿੱਤਾ, 3 ਵਿਕਟਾਂ ਲਈਆਂ। ਅਤੇ ਅਸ਼ਵਿਨ ਜੀਠਾ ਨੇ 4 ਓਵਰ ਕਰਾਏ, 32 ਰਨ ਦਿੱਤਾ 1 ਵਿਕਟ ਲਈ। ਪੈਰਾਮੋਡ ਮਧੂ ਸ਼ਾਨ ਨੇ 3 ਓਵਰ ਕਰਾਏ, 24 ਰਨ ਦਿੱਤਾ, 9 ਵਿਕਟ। ਲਹਿਰੂ ਧਮਾਰਾ ਨੇ 4 ਓਵਰ ਕਰਾਏ, 30 ਰਨ ਦਿੱਤਾ, 2 ਵਿਕਟਾਂ ਲਈਆਂ। ਮਹੇਸ਼ ਦਕਸ਼ਾਨਾ ਨੇ 4 ਓਵਰ ਕਰਾਏ, 33 ਰਨ ਦਿੱਤਾ, 9 ਵਿਕਟ। ਬਰਨੈਂਡੋ ਹਰਸਰੰਡਾ ਨੇ 4 ਓਵਰ ਕਰਾਏ, 13 ਰਨ ਦਿੱਤਾ, 3 ਵਿਕਟਾਂ ਲਈਆਂ। ਦਨਾਜੀਆ ਦੀ ਸ਼ਿਲਫਾ ਨੇ 1 ਓਵਰ ਦੇ ਵਿੱਚ 9 ਰਨ ਦਿੱਤਾ 1 ਵਿਕਟ ਲਈ। ਸ਼੍ਰੀਲੰਕਾ ਦੀ ਟੀਮ ਦੀ ਤਰਫੋਂ ਜਿਹੜੇ ਓਪਨਰ ਆਏ ਬੈਟਿੰਗ ਕਰਨ, ਪ੍ਰਥਮ ਨਿਸ਼ਾਤਾ ਅਤੇ ਕੁਸ਼ਲ ਮੈਂਡਸ ਆਏ। ਪ੍ਰਥਮ ਨਿਸ਼ਾਤਾ ਨੇ 10 ਬਾਲਾਂ ਨੇ 10 ਰਨ ਬਣਾਏ, 2 ਚੌਥੇ ਲਾਏ, 9 ਸਿਕਸ। ਕੁਸ਼ਲ ਮੈਂਡਸ ਨੇ 27 ਬਾਲਾਂ ਨੇ 25 ਰਨ ਬਣਾਏ, 2 ਚੌਥੇ ਲਾਏ ਅਤੇ ਛੱਤਾ ਲਾਇਆ। ਦਨਾਜੀਆ ਦੀ ਸ਼ਿਲਫਾ ਨੇ 42 ਬਾਲਾਂ ਨੇ 66 ਰਨ ਬਣਾਏ, 6 ਚੌਥੇ ਲਾਏ, 2 ਛੱਤੇ ਲਾਏ। ਚੈਰੀ ਥਸਲੰਦਾ ਨੇ 18 ਬਾਲਾਂ ਨੇ 19 ਰਨ ਬਣਾਏ ਅਤੇ ਚੌਥਾ ਲਾਇਆ, 9 ਸਿਕਸ। ਬਨੂਤਾ ਰਾਜਾ ਪਾਰਸਾ ਨੇ 14 ਬਾਲਾਂ 18 ਰਨ ਬਣਾਏ, 3 ਚੌਥੇ ਲਾਏ, 9 ਸਿਕਸ। ਅਫਗਾਨਿਸਤਾਨ ਦੀ ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ ਜਿਹੜਾ 800 ਸਕੋਰ ਦਿੱਤਾ ਉਹ 10 ਦਿੱਤਾ। ਸ਼੍ਰੀਲੰਕਾ ਦੀ ਟੀਮ ਨੇ 18 ਓਵਰਾਂ ਦੇ ਵਿੱਚ 147 ਰਨ ਬਣਾਏ, 147 ਰਨ ਬਣਾਏ। ਸ਼੍ਰੀਲੰਕਾ ਦੀ ਟੀਮ ਦੀ ਤਰਫੋਂ ਜਿਹੜੇ ਆਊਟ ਹੋਏ ਸੀ 4 ਆਊਟ ਹੋਏ। ਸ਼੍ਰੀਲੰਕਾ ਦੀ ਟੀਮ ਦੀ ਪਹਿਲੀ ਵਿਕਟ 12 ਦੇ, ਦੂਸਰੀ ਵਿਕਟ 46 ਦੇ, ਤੀਸਰੀ ਵਿਕਟ 100 ਦੇ, ਚੌਥੀ ਵਿਕਟ 147 ਦੇ। ਅਫਗਾਨਿਸਤਾਨ ਦੀ ਟੀਮ ਦੀ ਤਰਫੋਂ ਜਿਹਨਾਂ ਨੇ ਬੋਲਿੰਗ ਕਰਵਾਈ ਫੈਜ਼ੁੱਲਾ ਹੱਕ ਫਰੂਤੀ ਨੂੰ 4 ਓਵਰ ਕਰਾਏ, 22 ਰਨ ਦਿੱਤਾ, 9 ਵਿਕਟ। ਮੁਜੀਬੁਰ ਰਹਿਮਾਨ ਨੇ 4 ਓਵਰ ਕਰਾਏ, 24 ਰਨ ਦਿੱਤਾ, 2 ਵਿਕਟਾਂ ਲਈਆਂ। ਫਰੀਦ ਅਹਿਮਦ ਨੇ 2 ਓਵਰਾਂ ਦੇ ਵਿੱਚ 25 ਰਨ ਦਿੱਤਾ, 9 ਵਿਕਟ। ਰਾਸ਼ਦ ਖਾਨ ਨੇ 4 ਓਵਰਾਂ ਦੇ ਵਿੱਚ 32 ਰਨ ਦਿੱਤਾ, 2 ਵਿਕਟਾਂ ਲਈਆਂ। ਅਜ਼ਮਤੁੱਲਾ ਉਮੈਰ ਜ਼ਾਈ ਨੇ 2 ਓਵਰ ਕਰਾਏ, 17 ਰਨ ਦਿੱਤਾ, 9 ਵਿਕਟ। ਮੁਹੰਮਦ ਨਬੀ ਕੈਪਟਨ ਨੇ 2 ਓਵਰ ਕਰਾਏ, 16 ਰਨ ਦਿੱਤਾ, 9 ਵਿਕਟ। ਦਲਬਾਦੀਨ ਨੇ 8 ਓਵਰ ਦੇ ਵਿੱਚ 12 ਰਨ ਦਿੱਤਾ, 9 ਵਿਕਟ। ਇਹ ਸੀਗੀ ਅੱਜ ਦੇ ਮੈਚ ਦੀ ਹਾਈਲਾਈਟ। ਆਈਸੀਸੀ T20 ਵਰਲਡ ਕੱਪ 2022 ਦਾ ਜਿਹੜਾ ਅੱਜ ਦਾ ਮੈਚ ਸੀ ਅਫਗਾਨਿਸਤਾਨ ਦੀ ਟੀਮ ਦਰਮਿਆਨ ਅਤੇ ਸ਼੍ਰੀਲੰਕਾ ਦੀ ਟੀਮ ਦਰਮਿਆਨ ਜਿਹੜਾ ਅੱਜ ਦਾ ਮੈਚ ਸੀ, ਉਹਦੀ ਤੁਹਾਨੂੰ ਹਾਈਲਾਈਟ ਦੱਸੀ। ਤੇਰੇ ਬੈਸਟਮੈਨ ਨੇ 3 ਸਕੋਰ ਬਣਾਇਆ, ਤੇਰੇ ਬੋਲਰ ਨੇ 3 ਵਿਕਟਾਂ ਲਈਆਂ।
ਅਫਗਾਨਿਸਤਾਨ ਦੀ ਟੀਮ ਨੇ ਅਠਾਸੀ ਜਿੱਤ ਅਤੇ 35 ਰਨਾਂ ਦਾ ਫੈਸਲਾ ਕੀਤਾ। ਅਫਗਾਨਿਸਤਾਨ ਦੀ ਟੀਮ ਨੇ 20 ਓਵਰਾਂ ਵਿੱਚ 144 ਰਨ ਬਣਾਏ। ਅਫਗਾਨਿਸਤਾਨ ਦੀ ਟੀਮ ਦੀ ਤਰਫੋਂ ਜਿਹੜੇ ਆਊਟ ਹੋਏ ਸੀ ਉਹ 8 ਆਊਟ ਹੋਏ। 7 ਨੰਬਰ ਸ਼੍ਰੀਲੰਕਾ ਦੀ ਟੀਮ ਨੇ ਬੈਟਿੰਗ ਦਿੱਤੀ। ਸ਼੍ਰੀਲੰਕਾ ਟੀਮ ਦੀ ਤਰਫੋਂ ਜਿਹੜੇ ਆਊਟ ਹੋਏ ਸੀ ਉਹ 4 ਆਊਟ ਹੋਏ। ਸ਼੍ਰੀਲੰਕਾ ਦੀ ਟੀਮ ਨੇ 18 ਓਵਰਾਂ ਵਿੱਚ 148 ਰਨ ਬਣਾਇਆ। ਸ਼੍ਰੀਲੰਕਾ ਦੀ ਟੀਮ ਨੇ ਅਫਗਾਨਿਸਤਾਨ ਦੀ ਟੀਮ ਤੋਂ 6 ਵਿਕਟਾਂ ਤੋਂ ਮੈਚ ਜਿੱਤ ਲਿਆ। ਸ਼੍ਰੀਲੰਕਾ ਦੀ ਟੀਮ ਦੀ ਤਰਫੋਂ ਜਿਹੜਾ ਪਲੇਅਰ ਆਫ ਦੀ ਮੈਚ ਮਿਲਿਆ ਫਰਨੈਂਡੋ ਹਰਸਲੰਦਾ ਨੂੰ ਮਿਲਿਆ। ਫਰਨੈਂਡੋ ਹਰਸਲੰਦਾ ਨੇ 4 ਓਵਰ 13 ਰਨ ਦਿੱਤਾ ਅਤੇ 4 ਵਿਕਟਾਂ ਲਈਆਂ।